ਜੋ ਹੋਈਆਂ ਤੇ ਅਸੀਂ ਬੈਠ ਕੇ ਸਾਰਾ ਆਪਸ ਚ ਵਿਚਾਰ ਵਟਾਂਦਰਾ ਕਰਾਂਗੇ, ਸੀਰੀਅਸਲੀ ਸੋਚਾਂਗੇ। ਮਗਰ ਕੋਈ ਕੁਝ ਚੀਜ਼ਾਂ ਐਸੀਆਂ ਧਾਲੀਵਾਲ ਸਾਹਿਬ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਮੰਚ ਤੋਂ ਦੱਸਣੀਆਂ ਜ਼ਰੂਰੀ ਹੈ। ਸਵਾ ਦੋ ਸਾਲ ਹੋ ਗਏ ਮੈਨੂੰ ਜਦੋਂ ਮੈਂ MLA ਬਣਿਆ, ਮੈਨੂੰ ਸ਼ੁਰੂ ਤੋਂ ਲੋਕਾਂ ਨੇ ਆ ਕੇ, ਮੇਰੇ ਵਲੰਟੀਅਰਸ ਨੇ ਆ ਕੇ ਮੈਨੂੰ ਇਹ ਗੱਲ ਕਹਿਣੀ ਕਿ ਡਾਕਟਰ ਸਾਹਿਬ, MLA ਸਾਹਿਬ ਥਾਣਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੁੰਦੇ ਆ, ਅੱਜ ਵੀ ਅਕਾਲੀ ਦਲ ਵਾਲੇ ਬੈਠੇ ਹੁੰਦੇ ਆ, ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ, ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ। ਮੈਂ 1% ਵੀ ਇਸ ਗੱਲ ਤੇ ਯਕੀਨ ਨਹੀਂ ਸੀ ਕਰਦਾ, ਮੈਂ ਨਹੀਂ ਸੀ ਮੰਨਦਾ। ਮੈਂ ਆਪਣੇ ਵਲੰਟੀਅਰ ਨੂੰ ਉੱਥੇ ਉਹਨਾਂ ਨੂੰ ਮਨਾ ਕਰਦਾ ਸੀ, ਮੈਂ ਕਿਹਾ ਨਹੀਂ ਯਾਰ ਤੁਸੀਂ ਗਲਤ ਬੋਲਦੇ ਜੇ, ਮਗਰ ਨਹੀਂ, ਮੈਂ ਮਹਿਸੂਸ ਕਰਦਾ ਕਿ ਵਲੰਟੀਅਰ ਉਦੋਂ ਸੱਚ ਬੋਲਦੇ ਸੀ। ਅਗਰ ਵਲੰਟੀਅਰ ਦੀ ਗੱਲ ਅਸੀਂ ਉਦੋਂ ਸੁਣੀ ਹੁੰਦੀ, ਉਦੋਂ ਅਸੀਂ ਅਗਰ ਐਡਮਿਨਿਸਟ੍ਰੇਸ਼ਨ ਨੂੰ ਲੱਥ ਪਾਈ ਹੁੰਦੀ ਤੇ ਅੱਜ ਸਾਡੀ ਇਹ ਹਾਲਾਤ ਨਾ ਹੁੰਦੇ। ਇਹ ਹਾਲਾਤ ਬਣੇ ਨੇ ਸਰਕਾਰ ਦੀਆਂ ਕਮਜ਼ੋਰੀਆਂ, ਧਾਲੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ ਨਹੀਂ ਦਿੱਤੀਆਂ ਗਈਆਂ ਭਾਵਨਾ MLA ਨੂੰ, ਨਹੀਂ ਦਿੱਤੀਆਂ ਗਈਆਂ ਭਾਵਨਾ, ਮੈਂ ਖੁੱਲ ਕੇ ਕਹਿ ਰਿਹਾ ਕਿਸੇ MLA ਨੂੰ ਪਾਬੰਦੀ ਦਿੱਤੀ। ਅਫਸਰਾਂ ਨੂੰ ਫੋਨ ਕਰਦੇ ਸੀ, ਅਫਸਰ ਕਹਿੰਦੇ ਸੀ ਭਾਜੀ ਕੋਈ ਗੱਲ ਨੀ, ਭਾਜੀ ਹੋ ਜਾਏਗਾ, ਭਾਜੀ ਕੋਈ ਗੱਲ ਨੀ, ਭਾਜੀ ਗੱਲ ਕਰਦੇ ਜੇ ਭਾਜੀ ਕੰਮ ਹੁਣੀ ਹੋਏਗਾ। ਪਰ ਧਾਲੀਵਾਲ ਸਾਹਿਬ ਕੰਮ ਨਹੀਂ ਸੀ ਹੁੰਦਾ, ਕੰਮ ਨਹੀਂ ਸੀ ਹੁੰਦਾ। ਸਾਡੇ ਵਲੰਟੀਅਰ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ। ਅੱਜ ਸਮੇਂ, ਅੱਜ ਵਕਤ ਹੈ, ਜੇ ਅੱਜ ਵੀ ਨਾ ਸੀ ਚੇਤੇ, ਅੱਜ ਵੀ ਨਾ ਸੀ ਜਾਗੇ, ਫਿਰ ਭੋਜੋ 2027 ਨੂੰ, ਮੈਂ ਤੁਹਾਨੂੰ ਕਹਿ ਰਿਹਾ ਭੋਜੋ 2027 ਨੂੰ, ਬਦਲਾਵ ਦਾ ਤੁਸੀਂ ਨਾਰਾ ਦੇ ਕੇ ਆਏ ਸੀ। ਧਾਲੀਵਾਲ ਸਾਹਿਬ ਕੀ ਬਦਲਾਵ ਹੋਇਆ ਪੰਜਾਬ ਦੇ ਵਿੱਚ ਦੱਸੋ ਮੈਨੂੰ। ਕੋਈ ਬਦਲਾਵ ਨਹੀਂ ਹੋਇਆ, 1% ਬਦਲਾਵ ਨਹੀਂ ਹੋਇਆ, ਨਸ਼ਾ ਬੰਦ ਨਹੀਂ ਹੋਇਆ। ਕਰਪਸ਼ਨ ਨਸ਼ਾ ਬੰਦ ਕੀ ਹੋਣਾ ਸੀ, ਨਸ਼ਾ ਕਈ ਗੁਣਾ ਵੱਧ ਗਿਆ ਪੰਜਾਬ ਦੇ ਅੰਦਰ। ਔਰ ਮੈਂ ਤੁਹਾਨੂੰ ਦੱਸਾਂ, ਨਸ਼ੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਭ੍ਰਿਸ਼ਟਾਚਾਰ ਦੀ, ਭ੍ਰਿਸ਼ਟਾਚਾਰ ਅਸੀਂ ਕਰਦੇ ਹਾਂ, ਕਿਹੜਾ ਭ੍ਰਿਸ਼ਟਾਚਾਰ ਬੰਦ ਹੋਇਆ ਵੀ ਦੱਸੋ। ਲੋਕੀ ਕਹਿੰਦੇ ਨੇ, ਲੋਕੀ ਦੱਸਦੇ ਨੇ ਆ ਕੇ, ਡਾਕਟਰ ਸਾਹਿਬ ਨਸ਼ਾ ਤੇ ਬੰਦ ਕਿਤੇ ਨਹੀਂ ਹੋਇਆ, ਜਿਹੜਾ ਭ੍ਰਿਸ਼ਟਾਚਾਰ ਸੀ, ਜਿਹੜਾ ਕਰਪਸ਼ਨ ਸੀ ਉਹ ਮਹਿੰਗੀ ਹੋ ਗਈ, ਮਹਿੰਗੀ ਹੋ ਗਈ। ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ, ਜਿਹੜਾ ਬਿਜ਼ਨਸਮੈਨ ਹੈ, ਕਿਸੇ ਮੈਂ ਪਹਿਲੇ ਫੋਨ ਕੀਤਾ ਕੰਮ ਕਰਾਉਣ ਲਈ ਆਪਣਾ, ਮੇਰੇ ਕੋਲ ਰਿਸ਼ਵਤ ਮੰਗੀ ਗਈ 1,00,000 ਰੁਪਈਆ, ਤੇ ਜਦੋਂ ਮੈਂ ਕਿਸੇ MLA ਦਾ ਫੋਨ ਕਰਾਤਾ ਤੇ ਰਿਸ਼ਵਤ ਹੋ ਗਈ 5,00,000 ਰੁਪਈਆ। ਕੋਈ ਬਦਲਾਵ ਨਹੀਂ ਹੈ, ਇਹ ਐਡਮਿਨਿਸਟ੍ਰੇਸ਼ਨ ਨੂੰ ਨੱਕ ਪਾਣੀ ਪੈਗੀ, ਚੰਗੀ ਤਰ੍ਹਾਂ ਨੱਕ
ਸਾਰੇ ਥਾਣਿਆਂ ਦੇ ਵਿੱਚ ਸੁਣੋ, ਜੇ ਤੁਸੀਂ SHO ਆਪਣੇ ਨਾਲ ਆਏ ਤੇ ਅਸੀਂ ਕੰਪਨੀ ਦੀਆਂ ਗੱਲਾਂ ਤੁਹਾਨੂੰ ਸਾਫ਼ ਦੱਸਦੀ ਹੈ। ਕਰਦੇ ਹੋ ਸਾਡੇ ਵਲੰਟੀਅਰ ਨੂੰ ਬੇਇੱਜ਼ਤ ਕਰਕੇ ਭੇਜ ਦਿੱਤਾ ਜਾਂਦਾ, ਕੀ ਜ਼ਰੂਰਤ ਹੈ SHO ਦੀ ਸਾਡੇ ਦੇ ਵਿੱਚ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਨੂੰ ਬਹਿਣ ਵਾਸਤੇ ਕੁਰਸੀ ਨਾ ਆਫਰ ਕਰੇ ਅਸੀਂ, ਕੀ ਜ਼ਰੂਰਤ ਹੈ SHO ਦੀ ਇਹੋ ਜਿਹੇ SHO ਨੂੰ, ਇਹੋ ਜਿਹੇ DSP ਨੂੰ, ਇਹੋ ਜਿਹੇ ਤਹਿਸੀਲਦਾਰ ਨੂੰ, ਧਾਲੀਵਾਲ ਸਾਹਿਬ ਸਾਰੇ ਪਾਣੀ ਤੋਂ ਪਹਿਲਾਂ ਭੇਜੋ, ਸਾਰੇ ਪਾਣੀ ਭੇਜ ਦਿਓ, ਉਹਨਾਂ ਨੂੰ ਪਤਾ ਹੋ ਗਿਆ ਆਮ ਆਦਮੀ ਪਾਰਟੀ ਬਦਲਾਵ ਨਹੀਂ ਆਈ ਹੈ। ਪਾਰਟੀ ਸਵਾ ਚਾਰ 2 ਸਾਲ ਹੋ ਗਏ, ਮੈਂ 100 ਕੇ ਨਹੀਂ ਦੇਖਿਆ, ਮੈਂ ਅੱਧੀ ਰਾਤ ਖੜੇ ਮੇਰੇ ਵਲੰਟੀਅਰ ਆ ਮੇਰੇ ਸੈਂਟਰ ਹਲਕੇ ਦੇ ਲੋਕ ਆਏ ਇੱਥੇ, ਇਹਨਾਂ ਨੂੰ ਪੁੱਛੋ ਰਾਤੀ ਤੋਂ ਇਹ ਫੋਨ ਕਰਦੇ ਨੇ, ਰਾਤੀ ਤੋਂ ਇਹ ਫੋਨ ਚੁੱਕਦਾ, 2.5 ਸਾਲਾਂ ਚ ਇੱਕ ਦਿਨ ਮੈਂ ਆਪਣਾ ਵੋਟ ਬੰਦ ਨਹੀਂ ਕੀਤਾ, ਕਿਉਂ ਮੈਂ ਚਾਹੁੰਦਾ ਸੀ ਕਿ ਸਾਡੇ ਮਾਨ ਸਾਹਿਬ ਨੇ ਸਾਡੇ ਸੁਪਰੀਮੋ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਮਿਹਨਤ ਕਰਕੇ ਇੱਕ ਨਾਰਾ ਦੇ ਕੇ ਬਦਲਾਵ ਦਾ ਜਿਹੜੀ ਸਰਕਾਰ ਲੈ ਕੇ ਆਉਂਦੀ ਹੈ, ਉਹ ਬਦਲਾਵ ਲਈ ਅਸੀਂ ਮੋਬਾਈਲ ਆਪਣਾ ਬੰਦ ਨਹੀਂ ਕਰਦਾ। ਰਾਤ ਨੂੰ 1 ਵਜੇ ਮੈਂ ਚੀਫ ਰਿਪੋਰਟਰ ਨੇ ਸਤਿੰਦਰ ਸ਼ਰਮਾ ਨੂੰ ਉਠਾਉਣਾ, ਮੈਂ ਕਿਹਾ ਭਾਈ ਇਹ ਭੜਾਲੀਵਾਲ ਦੀ ਲਾਈਟੀਆਂ ਨੇ ਇਹਨੂੰ ਠੀਕ ਕਰਾ, ਇਹ ਪੰਚਾਲੇ ਦੀ ਲਾਈਟੀਆਂ ਨੇ ਇਹਨੂੰ ਠੀਕ ਕਰਾ, ਕੱਟਾ ਸੂਲੋ ਦੀ ਲਾਈਟੀ ਵਾਲੀ ਇਹਨੂੰ ਠੀਕ ਕਰਾ, ਕਰਨਾ ਬਹੁਤ ਜ਼ਰੂਰੀ ਹੈ। ਸਤਿੰਦਰ ਸ਼ਰਮੇ ਦਾ ਇੱਕ ਦਿਨ ਮੈਨੂੰ ਫੋਨ ਆਇਆ ਚੀਫ ਆਰਡਰ ਰੇਂਜ ਦਾ, ਕਹਿ ਲੱਗਾ ਡਾਕਟਰ ਸਾਹਿਬ ਮੈਨੂੰ ਅੱਜ 40 ਸਾਲ ਹੋ ਗਏ ਹੈ ਸਰਵਿਸ ਕਰਦੇ ਆ, ਇਹੋ ਜਿਹੇ ਵੀ ਕਿੱਦਾਂ ਪਹਿਲੇ ਹੁੰਦੇ ਆ, ਮੈਂ ਇਤਨਾ ਲਾਇਆ ਪਹਿਲੇ ਕਦੀ ਨਹੀਂ ਦੇਖਿਆ, ਕੋਈ ਨਹੀਂ ਦੇਖਿਆ, ਅੱਜ ਦੇਖੋ ਉਹੀ ਹੈ ਪਹਿਲੇ ਚੁਕਾ ਕੇ ਲੈ ਕੇ ਆਪਣੇ ਮੈਂਬਰ ਪਾਰਲੀਮੈਂਟ 7 ਸੀਟਾਂ ਆ ਗਈਆਂ ਕਾਂਗਰਸ ਦੀਆਂ, 7 ਸੀਟਾਂ ਦੇਖੋ, ਜਿਹੜੇ ਕਹਿੰਦੇ ਸੀ ਇਹ ਕਰਪਸ਼ਨ ਕਰਦੇ ਨੇ, ਇਹ ਭ੍ਰਿਸ਼ਟਾਚਾਰ ਕਰਦੇ ਨੇ, ਇਹ ਤਾਨਾਸ਼ਾਹੀ ਕਰਦੇ ਨੇ, ਗੁੰਡਾਗਰਦੀ ਕਰਦੇ ਨੇ, ਅੱਜ ਕਿਸ ਤਰ੍ਹਾਂ ਜਿੱਤ ਕੇ ਮੈਨੂੰ ਜਵਾਬ ਦੇ ਹੋਏਗਾ, ਕਿਸ ਤਰ੍ਹਾਂ ਜਿੱਤ ਕੇ 7 ਉਹਨਾਂ ਦੇ ਮੈਂਬਰ ਪਾਰਲੀਮੈਂਟ ਤੇ ਕਿੱਦਾਂ ਹਾਰ ਕੇ ਸਾਡੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ, ਕੋਈ ਸੀਟ ਨਾ, ਕਿੰਨੀ ਸ਼ਰਮ ਦੀ ਗੱਲ ਹੈ, ਨਾ ਕੋਈ ਸੀਟ ਮਾਲਵੇ ਚੋਂ ਆਈ ਤੇ ਨਾ ਕੋਈ ਸੀਟ ਮਾਝੇ ਚੋਂ ਆਈ ਤੇ ਨਾ ਕੋਈ ਸੀਟ ਦੁਆਬੇ ਚੋਂ ਆਈ, ਜਿਹੜੀਆਂ 3 ਸੀਟਾਂ ਆਈਆਂ ਮਾਲਵੇ ਚੋਂ ਆਈਆਂ। ਕਿਉਂ ਵਿਦਗ੍ਰਹਿ ਕੀਤਾ ਜਾਂਦਾ ਮਾਝੇ ਦੇ ਨਾਲ, ਅੱਜ ਮੈਂ ਪੁੱਛਣਾ ਚਾਹੁੰਦਾ ਮਾਝੇ ਨਾਲ ਕਿਉਂ ਵਿਦਗ੍ਰਹਿ ਕੀਤਾ ਜਾਂਦਾ, ਅੱਜ ਅਸੀਂ ਹਾਰੇ ਆ, ਸਾਨੂੰ ਪਤਾ ਹਾਰ ਦੇ ਕੀ ਕਾਰਨ ਨੇ, ਹਾਰ ਦੇ ਕਾਰਨ ਨੇ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਸੀਵਰੇਜ ਪ੍ਰਣਾਲੀ ਦੇਖੋ ਕੀ ਹਾਲ ਹੈ, ਪਾਣੀ ਦਾ ਪੂਰੇ ਭਰ ਗੰਦੇ ਪਾਣੀ ਦਾ ਦੇਖੋ ਕੀ ਹਾਲ ਹੈ, ਘਰ ਘਰ ਦੇ ਵਿੱਚ ਗੰਦਾ ਪਾਣੀ ਲੋਕਾਂ ਨੂੰ ਮਿਲ ਰਿਹਾ, ਕੀਤੀ ਹੈ ਗੱਲ, ਮੈਂ ਜਾ ਕੇ CM ਸਾਹਿਬ ਨੂੰ ਕਹਿੰਦਾ ਰਿਹਾ, ਮੈਂ ਵਿਧਾਨ ਸਭਾ ਦੇ ਵਿੱਚ ਪ੍ਰਸ਼ਨ ਚੁੱਕਿਆ, ਮੈਂ ਕਿਹਾ ਸੀਵਰੇਜ ਜਿਹੜਾ 70 ਸਾਲ ਪੁਰਾਣਾ ਸ਼ਹਿਰਾਂ ਦੇ ਵਿੱਚ ਇਹਨੂੰ ਰੱਬ ਦੇ ਵਾਸਤੇ ਇਹਨੂੰ ਬਦਲ ਦਈਏ, ਲੋਕਾਂ ਨੂੰ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ, ਕਿਸੇ ਨੇ ਸਾਨੂੰ ਵੋਟ ਨਹੀਂ ਦੇ ਪਾਈ ਔਰ ਉਹ ਸੱਚ ਸਾਬਤ ਹੋਇਆ, ਕਿਸੇ ਨੇ ਸਾਨੂੰ ਵੋਟ ਨਹੀਂ ਪਾਈ, ਕੀ ਜ਼ਰੂਰਤ ਹੈ ਕਮਿਸ਼ਨ ਕਾਰਪੋਰੇਸ਼ਨ ਦੀ ਕਿ ਉਹ ਜਾ ਕੇ ਫੀਲਡ ਦੇ ਵਿੱਚ ਨਾ ਜਾਵੇ, ਦਫ਼ਤਰ ਦੇ ਵਿੱਚ ਬੈਠਾ ਉੱਥੇ ਕੰਮ ਕਰਦਾ, ਫੀਲਡ ਦੇ ਵਿੱਚ ਜਾਵੇ, ਇੱਕ ਇੱਕ ਗਲੀ ਦੇ ਵਿੱਚ ਜਾਵੇ, ਇੱਕ ਇੱਕ ਬਾਜ਼ਾਰ ਦੇ ਵਿੱਚ ਜਾਵੇ, ਦੇਖੇ ਕਿੱਥੇ ਸੀਵਰੇਜ ਪੈਰ ਵਾਲਾ, ਦੇਖੇ ਕਿੱਥੇ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ,
ਤੁਸੀਂ ਯਕੀਨ ਨਹੀਂ ਕਰੋਗੇ, ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੁੰਦੇ ਅੰਮ੍ਰਿਤਸਰ ਦੇ ਵਿੱਚ। ਸਿੱਧੀ ਦਾ ਸ਼ਹਿਰ ਕਹਿੰਦੇ ਅਸੀਂ, ਸਿੱਧੀ ਦਾ ਸ਼ਹਿਰ ਦੁਨੀਆ ਭਰ ਤੋਂ ਲੋਕ ਨਤ